ਹੈਲੋ ਗਾਇਜ਼ ਵੈਲਕਮ ਟੂ ਮਾਈ ਚੈਨਲ ਸਟੱਡੀ ਵਿਦ ਖੁਸ਼ਬੂ ਤਾਂ ਦੋਸਤੋ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਕਰੋਨਾ ਫੇਰ ਲੱਗਾ ਡਰੋਂ ਸਕੂਲਾਂ 'ਚ ਮਿਲੇ ਕਰੋਨਾ ਪੋਜ਼ਿਟਿਵ ਬੱਚੇ ਆਫਲਾਈਨ ਕਲਾਸਾਂ ਕੀਤੀਆਂ ਬੰਦ ਇੱਕ ਵਾਰ ਫੇਰ ਦੇਸ਼ ਭਰ ਵਿੱਚ ਕਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਕਾਜ਼ੀਆਬਾਦ ਦੇ ਦੋ ਸਕੂਲਾਂ ਦੇ ਪੰਜ ਬੱਚੇ ਕਰੋਨਾ ਪੋਜ਼ਿਟਿਵ ਪਾਏ ਗਏ ਹਨ ਤਾਂ ਇਸ ਵਿੱਚ ਤਿੰਨ ਬੱਚੇ ਇੱਕੋ ਸਕੂਲ ਦੇ ਹਨ ਇਸ ਦੇ ਨਾਲ ਹੀ ਦੋ ਬੱਚੇ ਦੂਜੇ ਸਕੂਲ ਵਿੱਚ ਪੜ੍ਹਦੇ ਹਨ ਤਾਜ਼ਾ ਮਾਮਲਾ ਮੰਗਲਮ ਸਕੂਲ ਦਾ ਹੈ ਉੱਥੇ ਤਿੰਨ ਬੱਚੇ ਕੋਵਿਡ ਪੋਜ਼ੀਟਿਵ ਪਾਏ ਗਏ ਹਨ ਸਕੂਲ ਪ੍ਰਸ਼ਾਸਨਿਕ ਨੇ ਪੁਸ਼ਟੀ ਕੀਤੀ ਹੈ ਕਿ ਬੱਚੇ ਕਰੋਨਾ ਪੋਜ਼ੀਟਿਵ ਪਾਏ ਗਏ ਹਨ ਤਾਂ ਦੋ ਬੱਚਿਆਂ ਦੇ ਕਰੋਨਾ ਪੋਜ਼ੀਟਿਵ ਪਾਏ ਜਾਣ ਤੋਂ ਬਾਅਦ ਪੂਰੇ ਸਕੂਲ ਨੂੰ ਸੈਨੀਟਾਈਜ਼ ਕਰ ਦਿੱਤਾ ਗਿਆ ਹੈ ਨਾਲ ਹੀ ਸਾਵਧਾਨੀ ਵਜੋਂ ਸਕੂਲ ਪ੍ਰਸ਼ਾਸਨ ਨੇ 11 ਅਤੇ 12 April ਨੂੰ ਆਫਲਾਈਨ ਕਲਾਸਾਂ ਬੰਦ ਕਰ ਦਿੱਤੀਆਂ ਹਨ ਅਤੇ ਸਕੂਲ ਵੱਲੋਂ ਜਾਰੀ ਇੱਕ ਅਧਾਰਿਕ ਬਿਆਨ ਵਿੱਚ ਕਿਹਾ ਗਿਆ ਹੈ ਕਿ 11 ਤੋਂ 12 April ਨੂੰ ਸਿਰਫ ਔਨਲਾਈਨ ਕਲਾਸਾਂ ਹੀ ਜਾਰੀ ਰਹਿਣਗੀਆਂ ਅਤੇ ਇਸ ਤੋਂ ਪਹਿਲਾਂ ਇੰਦਰਾਪੁਰਮ ਦੇ ਸਟੇਟ ਫ੍ਰਾਂਸਿਸ ਸਕੂਲ ਇੰਦਰਾਪੁਰਮ ਵਿੱਚ ਦੋ ਵਿਦਿਆਰਥੀ ਕੋਵਿਡ ਪੋਜ਼ਿਟਿਵ ਪਾਏ ਗਏ ਸਨ ਇਨ੍ਹਾਂ ਚੋਂ ਇੱਕ ਲੜਕੀ ਗ੍ਰੇਟਰ ਨੌਇਡਾ ਵੈਸਟ ਦੀ ਰਹਿਣ ਵਾਲੀ ਹੈ ਵਿਦਿਆਰਥੀਆਂ ਦੇ ਕਰੋਨਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਤਿਆਤ ਵੱਜੋਂ ਸਟੇਟ ਫ੍ਰਾਂਸਿਸ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ ਸਕੂਲ ਪ੍ਰਤੀ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਕੁਝ ਦਿਨ ਸਿਰਫ ਆਨਲਾਈਨ ਕਲਾਸਾਂ ਹੀ ਚਲਦੀਆਂ ਰਹਿਣਗੀਆਂ ਮੈਨੇਜਮੈਂਟ ਦਾ ਕਹਿਣਾ ਹੈ ਕਿ ਇੰਦਰਾਪੁਰਮ ਦੀ ਸ਼ਿਪਰਾ ਸੈਂਸਿਟੀ ਸੋਸਾਇਟੀ ਦੀ 3ਵੀਂ ਜਮਾਤ ਦਾ ਵਿਦਿਆਰਥੀ ਅਤੇ 9ਵੀਂ ਜਮਾਤ ਦਾ ਇੱਕ ਵਿਦਿਆਰਥੀ ਨੌਇਡਾ ਦੇ ਗੋੜ ਚਹਿਰ ਵਿੱਚ ਰਹਿੰਦਾ ਹੈ ਦੋਵੇਂ ਵਿਦਿਆਰਥੀ ਬਸ ਰਾਹੀ ਸਕੂਲ ਆਉਂਦੇ ਜਾਂਦੇ ਹਨ ਬੁੱਧਵਾਰ ਤੱਕ ਦੋਵੇਂ ਸਕੂਲ ਆ ਗਏ ਸਨ ਉਸ ਤੋਂ ਬਾਅਦ ਤੋਂ ਉਹ ਸਕੂਲ ਨਹੀਂ ਆਏ ਉਨ੍ਹਾਂ ਦੀ ਸਿਹਤ ਵਿਗੜਨ ਤੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਗਿਆ ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਲਗਾਤਾਰ ਮਾਸਕ ਪਾ ਕੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਐਤਵਾਰ ਨੂੰ ਜਦੋਂ ਮਾਪਿਆਂ ਨੇ ਪੁਸ਼ਟੀ ਕੀਤੀ ਕਿ ਦੋਵੇਂ ਸੰਕਰਮਿਤ ਸੰਤਾ ਪੂਰੇ ਸਕੂਲ ਦੇ ਆ ਹਾਤੇ ਅਤੇ ਬੱਸਾਂ ਨੂੰ ਦੁਬਾਰਾ ਸੈਨੀਟਾਈਜ਼ ਕਰ ਦਿੱਤਾ ਗਿਆ ਹੈ ਇਸ ਦੌਰਾਨ ਹਰ ਕੋਈ ਆਨਲਾਈਨ ਅਧਿਆਨ ਕਰੇ ਦੋਸਤੋ ਆਈ ਖਬਰ ਸਿਗੀ ਜਿਹੜੇ ਗਾਜ਼ੀਆਬਾਦ ਦੇ ਪੰਜ ਵਿਦਿਆਰਥੀ ਸਨ ਜਿਹੜੇ ਕਿ ਅਲੱਗ-ਅਲੱਗ ਸਕੂਲਾਂ ਵਿੱਚ ਪੜ੍ਹਦੇ ਸਨ ਉਹਨਾਂ ਨੂੰ ਕਰੋਨਾ ਪੋਜ਼ਿਟਿਵ ਪਾਇਆ ਗਿਆ ਹੈ ਤੇ ਉਹਨਾਂ ਨੂੰ ਆਫਲਾਈਨ ਕਲਾਸਾਂ ਵੀ ਬੰਦ ਕਰ ਦਿੱਤੀਆਂ ਹਨ ਤੇ ਆਨਲਾਈਨ ਕਲਾਸਾਂ ਹੀ ਲੱਗਣਗੀਆਂ 11 ਅਤੇ 12 April ਨੂੰ ਤੇ ਦੋਸਤੋ ਰਹੀ ਗੱਲ ਤੁਹਾਡੇ ਪੇਪਰਾਂ ਦੀ ਉਹ ਪੇਪਰ ਤਾਂ ਤੁਹਾਡੇ ਹੋਣਗੇ ਹੀ ਇਸ ਦੇ ਰਿਲੇਟਡ ਹਾਲੇ ਕੋਈ ਵੀ ਨਿਊਜ਼ ਨਹੀਂ ਆਈ ਹੈ ਤੇ ਬਾਕੀ ਹੋਰ ਫਦਰ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ